ਸਾਹਿਬਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਖੇਤੀਬਾੜੀ ਬਾਰੇ ਜਾਣਕਾਰੀ ਤੇ ਸੋ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਪlant leaf hopper ਜਿਸ ਨੂੰ ਆਪਾਂ ਭਾਸ਼ਾ ਵਿੱਚ ਕਾਲਾ ਤੀਲਾ ਕਹਿੰਦੇ ਆ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ ਕਿ ਇਹ ਕਿਸ ਤਰ੍ਹਾਂ ਦੇ ਹੁੰਦੇ ਹਨ ਕਦੋਂ ਆਉਂਦੇ ਹਨ ਇਹਨਾਂ ਦੇ ਆਉਣ ਦਾ ਕਾਰਨ ਕੀ ਹੈ ਤੇ ਇਸ ਦੀ ਰੋਕத் ਥਾਮ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਸੋ ਜੋ ਨਵੇਂ ਕਿਸਾਨ ਵੀਰ ਜੁੜੇ ਪਹਿਲਾਂ ਤਾਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਵੀ ਦਬਾ ਲੈਣ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਸਿੱਧੀਆਂ ਪਹੁੰਚ ਸਕਣ ਸੋ ਕਿਸਾਨ ਵੀਰੋ ਗੱਲ ਸ਼ੁਰੂ ਕਰਦੇ ਆ ਕਿ ਇਹ ਜੋ ਕਾਲਾ ਟੀਲਾ ਹੁੰਦਾ ਹੈ ਇਹ ਕਾਲਾ ਟੀਲਾ ਨਹੀਂ ਹੁੰਦਾ ਕਿਸਾਨ ਵੀਰੋ ਇਹ ਇੱਕ ਪਲਾਂਟ ਹੋਪਰ ਹੁੰਦੇ ਹਨ ਜਿਸ ਨੂੰ ਆਪਾਂ ਪੰਜਾਬੀ ਵਿੱਚ ਟਿੱਡੇ ਵੀ ਕਹਿ ਸਕਦੇ ਹਾਂ ਛੋਟੇ ਛੋਟੇ ਟਿੱਡੇ ਹੁੰਦੇ ਹਨ ਇਹ ਆਮ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਵਾਈਟ ਬੈਲਡ ਪਲਾਂਟ ਉੱਪਰ ਇੱਕ ਚਿੱਟੀ ਚਿੱਟੀ ਪੱਠ ਵਾਲਾ ਹੁੰਦਾ ਹੈ ਤੇ ਦੂਸਰਾ ਬ੍ਰਾਊਨ ਪਲਾਂਟ ਉੱਪਰ ਜਿਸ ਦਾ ਰੰਗ ਪੂਰਾ ਹੁੰਦਾ ਹੈ ਪਰ ਜੋ ਆਪਣੇ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਉਹ ਪੂਰੇ ਰੰਗ ਦਾ ਪਲਾਂਟ ਉੱਪਰ ਹੁੰਦਾ ਹੈ ਜੋ ਇਹਨਾਂ ਟਿੱਡਿਆਂ ਦੀਆਂ ਲਾਈਫ ਸਟੇਜਸ ਹੁੰਦੀਆਂ ਜਿਵੇਂ ਐਗ ਪਿਉਪਾ ਨੈਮਫ ਐਂਡ ਜਿਵੇਂ ਇਹਨਾਂ ਦੀ ਅਡਲਟ ਸਟੇਜ ਹੁੰਦੀ ਆ ਉਹਨਾਂ ਵਿੱਚੋਂ ਨੈਮਫ ਤੇ ਜੋ ਅਡਲਟ ਹੁੰਦੇ ਆ ਉਹ ਫਸਲ ਦਾ ਨੁਕਸਾਨ ਕਰਦੇ ਆ ਫਸਲ ਦਾ ਨੁਕਸਾਨ ਇਹ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਜਦੋਂ ਤੱਕ ਫਸਲ ਨਹੀਂ ਵੱਡੀ ਜਾਂਦੀ ਉਦੋਂ ਤੱਕ ਇਹ ਨੁਕਸਾਨ ਕਰਦੇ ਆ ਤੇ ਇਹ ਫਸਲ ਵਿੱਚ ਆਮ ਤੌਰ ਤੇ ਜਦੋਂ ਫਸਲ ਬੋਹ ਵਿੱਚ ਆਉਂਦੀ ਆ 55 60 ਦਿਨ ਦੀ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਦੇਖਣ ਵਿੱਚ ਆਉਂਦੀ ਆ ਤੇ ਜਦੋਂ ਤੱਕ ਇਹ ਵੱਡੀ ਨਹੀਂ ਜਾਂਦੀ ਉਦੋਂ ਤੱਕ ਇਹਨਾਂ ਦਾ ਹਮਲਾ ਜਾਰੀ ਰਹਿੰਦਾ ਹੈ ਇਹ ਇਹਨਾਂ ਦੇ ਆਉਣ ਦਾ ਕਿਸਾਨ ਵੀ ਰੋਕਾਰਨ ਕੀ ਹੈ ਜਦੋਂ ਆਪਾਂ ਸਿੰਥੈਟਿਕ ਪੈਰਾਥਰਾਇਟਸ ਵਰਤਦੇ ਆ ਜਿਹੜੀਆਂ ਜ਼ਹਿਰਾਂ ਤੋਂ ਇਹ ਕਾਲਾ ਤੇਲਾ ਰਜਿਸਟੈਂਟ ਹੋ ਚੁੱਕਿਆ ਜੋ ਇਹਨਾਂ ਦੇ ਜਿਹੜੇ ਜ਼ਹਿਰਾਂ ਆਪਾਂ ਵਰਤਦੇ ਹਾਂ ਇਹਨਾਂ ਦੀ ਖਰਾਕ ਬਣ ਚੁੱਕਿਆ ਜੋ ਆਪਾਂ ਕਲੋਰੋਪਾਈਰੀਫੋਸ ਜੋ ਕਲੋਰੋ ਵਰਤਦੇ ਆ ਉਹ ਵੀ ਇਹਨਾਂ ਤੇ ਆਉਂਦਾ ਕਾਰਨ ਹੈ ਕਲੋਰੋ ਆਪਾਂ ਵਰਤਦਾ ਲੈਨੇ ਜਿਸ ਨਾਲ ਜੋ ਮਿੱਤਰ ਕੀੜੇ ਹੁੰਦੇ ਹਨ ਖਾਸ ਕਰਕੇ ਜੋ ਮੱਕੜੀਆਂ ਹੁੰਦੀਆਂ ਹਨ ਜੋ ਆਪਣੀ ਫਸਲ ਨੂੰ ਕਾਫੀ ਹੱਦ ਤੱਕ ਜੋ ਦੁਸ਼ਮਣ ਕੀੜੇ ਹੁੰਦੇ ਹਨ ਉਹਨਾਂ ਤੋਂ ਪਚਾਉਂਦੀਆਂ ਕਲੋਰੋ ਨਾਲ ਉਹ ਵੀ ਮਰ ਜਾਂਦੇ ਆ ਕਲੋਰੋ ਦਾ ਜੋ ਆਸਰਾ ਹੈ ਉਹ ਵੀ ਘਟਦਾ ਰਹਿੰਦਾ ਹੈ ਉਹ ਇੱਕ ਵਾਰ ਤਾਂ ਕੰਟਰੋਲ ਕਰ ਲੈਂਦੀਆਂ ਪਰ ਉਸ ਤੋਂ ਬਾਅਦ ਇਸ ਦਾ ਨੁਕਸਾਨ ਬਹੁਤ ਹੈ ਇਸ ਦੇ ਨਾਲ ਕਾਲੇ ਤੇਲੇ ਆਉਂਦਾ ਕਾਫੀ ਖਾਸਾ ਬਣੇ ਰਹਿੰਦਾ ਹੈ ਬਾਕੀ ਜੋ ਆਪਾਂ ਮਿੱਟੀ ਵਿੱਚ ਪਾਉਣ ਵਾਲੀਆਂ ਜ਼ਹਿਰਾਂ ਵਰਤਦੇ ਹਾਂ ਪ੍ਰਾਣ ਫਟੇਰਾ ਇਹਨਾਂ ਨਾਲ ਵੀ ਕਾਲੇ ਤੇਲੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਅੱਗੇ ਗੱਲ ਆ ਕਿ ਇਸ ਦੇ ਆਉਣ ਦਾ ਆਪਾਂ ਨੂੰ ਪਤਾ ਕਿਵੇਂ ਲੱਗਦਾ ਕਿ ਸਿੰਪਟਮ ਕਿਵੇਂ ਪਤਾ ਲੱਗਣਗੇ ਜਾਂ ਇਹ ਨੁਕਸਾਨ ਕਿਵੇਂ ਕਰਦੇ ਆ ਤਾਂ ਕਿਸਾਨ ਵੀਰੋ ਬੂਟਿਆਂ ਦੇ ਵਿੱਚ ਪਾਣੀ ਨੂੰ ਲਿਜਾਣ ਵਾਲੀਆਂ ਤੇ ਭੋਜਨ ਨੂੰ ਲਿਜਾਣ ਵਾਲੀਆਂ ਪੱਤਿਆਂ ਤੋਂ ਜਿਵੇਂ ਸਿੱਟੇ ਨਿਕਲਦੇ ਆ ਉਹਨਾਂ ਦੇ ਮੁੰਜਰੇ ਨਿਕਲਦੀਆਂ ਪੱਤਿਆਂ ਤੋਂ ਜਦੋਂ ਭੋਜਨ ਮੁੰਜਰਾਂ ਵਿੱਚ ਜਾਣਾ ਹੁੰਦਾ ਹੈ ਉਹ ਫਲੋਇਮ ਦੇ ਥਰੂ ਜਾਂਦਾ ਹੈ ਤੇ ਜੋ ਰੂਟਸ ਤੋਂ ਪਾਣੀ ਜੜਾਂ ਤੋਂ ਪਾਣੀ ਜਾਂਦਾ ਬੂਟੇ ਵਿੱਚ ਉਹ ਫਲੋ ਜਾਈਲਮ ਦੇ ਥਰੂ ਜਾਂਦਾ ਤੇ ਇਹ ਜੋ ਟਿੱਡੇ ਹੁੰਦੇ ਹਨ ਇਹ ਬੂਟਿਆਂ ਦੇ ਮੁੱਢਾਂ ਵਿੱਚ ਆਮ ਦੇਖਣ ਨੂੰ ਮਿਲਦੇ ਆ ਇਹ ਇਹਨਾਂ ਦੇ ਆਉਣ ਦਾ ਮੌਸਮ ਕਿਹੋ ਜਿਹਾ ਹੁੰਦਾ ਹੈ ਜਦੋਂ ਬੱਦਲਵਾਈ ਬਣੀ ਹੋਵੇ ਜਿਆਦਾ ਮੀਂਹ ਹੋਣਾ ਜਿਆਦਾ ਸੈੱਲ ਹੋਵੇ ਜਦੋਂ ਆਪਾਂ ਪਾਣੀ ਜਿਆਦਾ ਲਗਾਈ ਰੱਖਦੇ ਆ ਤਾਂ ਚੋਣੇ ਦੇ ਮੁੱਢਾ ਵਿੱਚ ਜਿਆਦਾ ਨਮੀ ਹੋਣ ਦੇ ਕਾਰਨ ਉਹਨਾਂ ਦੇ ਅਨੁਕੂਲ ਮੌਸਮ ਬਣ ਜਾਂਦਾ ਹੈ ਜਿਸ ਦੇ ਨਾਲ ਇਹਨਾਂ ਦਾ ਹਮਲਾ ਜਲਦੀ ਹੁੰਦਾ ਹੈ ਤੇ ਜਦੋਂ ਆਪਾਂ ਜਿਆਦਾ ਨਾਈਟ੍ਰੋਜਨ ਵੀ ਪਾਉਂਦੇ ਆ ਜਿਸ ਦੇ ਨਾਲ ਬੂਟਾ ਕੱਚਾ ਹੀ ਰਹਿ ਜਾਂਦਾ ਹੈ ਬੂਟਾ ਪੋਲਾ ਹੁੰਦਾ ਤੇ ਉਸ ਦੀ ਉੱਪਰ ਵੀ ਇਹਨਾਂ ਦਾ ਅਟੈਕ ਜਲਦੀ ਹੁੰਦਾ ਹੈ ਜਦੋਂ ਇਹ ਮੁੱਢਾਂ ਵਿੱਚ ਹੁੰਦੇ ਆ ਤਾਂ ਜ ਇਹ ਮੁੱਢਾਂ ਵਿੱਚੋਂ ਹੀ ਰਸ ਚੂਸਦੇ ਰਹਿੰਦੇ ਆ ਇਹ ਕਾਫੀ ਗਿਣਤੀ ਦੇ ਵਿੱਚ ਮੁੱਢਾਂ ਵਿੱਚ ਹੁੰਦੇ ਆ 15 20 ਜਾਂ 25 ਕਾਫੀ ਗਿਣਤੀ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਇਹ ਬੂਟੇ ਤੋਂ ਰਸ ਚੂਸਦੇ ਰਹਿੰਦੇ ਹਨ ਜਿਸ ਦੇ ਨਾਲ ਬੂਟਾ ਉੱਪਰੋਂ ਟਿਪ ਦੇ ਵੱਲੋਂ ਸੁੱਕਣਾ ਸਟਾਰਟ ਹੋ ਜਾਂਦਾ ਪੀਲਾਇਆ ਹੋਣ ਲੱਗ ਜਾਂਦਾ ਹੈ ਤੇ ਹੌਲੀ-ਹੌਲੀ ਬੂਟਾ ਸੁੱਕ ਜਾਂਦਾ ਹੈ ਇਸ ਦੀਆਂ ਨਿਸ਼ਾਨੀਆਂ ਤਾਂ ਇਹੀ ਆ ਕਿ ਜੋ ਚਿੱਟੇ ਰੰਗ ਦਾ ਚਿੱਟੀ ਪੈਠ ਵਾਲਾ ਪਲਾਂਟ ਉੱਪਰ ਹੁੰਦਾ ਹੈ ਉਹ ਜਦੋਂ ਉਸ ਦਾ ਆਮਲਾ ਆਪਾਂ ਦੇਖਦੇ ਹਾਂ ਤੇ ਉਸ ਦੇ ਨਾਲ ਇਰੈਗੂਲਰ ਕਿਤੇ ਕਿਤੇ ਖੇਤ ਵਿੱਚ ਪੈਚਸ ਜੇ ਬਣ ਜਾਂਦੇ ਆ ਕਿ ਕਿਤੇ ਕਿਤੇ ਜੋ ਦੌਗੀਆਂ ਦੇ ਰੂਪ ਵਿੱਚ ਜੋ ਕਿਤੇ ਕਿਥੇ ਹਮਲਾ ਇਹਦਾ ਆਪਾਂ ਨੂੰ ਨਿਸ਼ਾਨ ਮਿਲਦਾ ਤੇ ਕਿਤੇ ਕਿਥੇ ਪਰ ਜਿਹੜਾ ਭੂਰੇ ਰੰਗ ਦਾ ਹੁੰਦਾ ਹੈ ਉਹ ਗੋਲ-ਗੋਲ ਘੇਰਿਆਂ ਦੇ ਵਿੱਚ ਗੋਲ-ਗੋਲ ਕੇਰਿਆਂ ਦੇ ਵਿੱਚ ਇਸ ਦਾ ਹਮਲਾ ਆਪਾਂ ਨੂੰ ਦੇਖਣ ਨੂੰ ਮਿਲਦਾ ਜਦੋਂ ਇਹਨਾਂ ਦਾ ਹਮਲਾ ਹੁੰਦਾ ਹੈ ਤਾਂ ਜੋ ਆਪਣੀ ਫਸਲ ਹੁੰਦੀ ਹੈ ਇਸ ਤਰ੍ਹਾਂ ਲੱਗਦੀ ਹੈ ਕਿ ਪੂਰੇ ਦਾ ਪੂਰਾ ਖੇਤ ਹੀ ਸੜ ਚੁੱਕਿਆ ਹੁੰਦਾ ਹੈ ਪੀਲੀ ਭਾ ਮਾਰਨ ਲੱਗ ਜਾਂਦਾ ਹੈ ਪੀਲੀ ਸੰਤਰੀ ਇਹ ਰੰਗ ਦੀ ਜਦੋਂ ਇਹ ਇੱਕ ਬੂਟੇ ਤੋਂ ਆਪਾਂ ਰਸ ਚੂਸ ਲੈਂਦੇ ਹਨ ਬੂਟਾ ਸੁੱਕ ਜਾਂਦਾ ਹੈ ਤਾਂ ਇਹ ਅਗਲੇ ਬੂਟੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਅਗਲੇ ਬੂਟੇ ਦਾ ਰਸ ਚੂਸਣ ਲੱਗ ਜਾਂਦੇ ਹਨ ਜਦੋਂ ਇਸੇ ਤਰ੍ਹਾਂ ਹੀ ਇਹ ਰਾਸਚੂਸ ਦੇ ਚੂਸ ਦੇ ਕਾਫੀ ਬੂਟਿਆਂ ਨੂੰ ਅਨਫੈਕਟਰ ਕਰ ਦਿੰਦੇ ਹਨ ਤੇ ਇਸੇ ਤਰ੍ਹਾਂ ਹੀ ਇਹ ਆਪਣੀ ਪੂਰੀ ਫਸਲ ਦਾ ਵੀ ਨੁਕਸਾਨ ਕਰ ਦਿੰਦੇ ਆ ਜਿਸ ਦੇ ਨਾਲ ਆਪਣੇ ਕਾਫੀ ਫਸਲ ਦਾ ਝਾੜ ਦਾ ਨੁਕਸਾਨ ਹੋ ਜਾਂਦਾ ਤੇ ਇਹਨਾਂ ਦੀ ਆਪਾਂ ਨੂੰ ਸਮੇਂ ਸਿਰ ਰੋਕਥਾਮ ਕਰਨੀ ਚਾਹੀਦੀ ਹੈ ਤੇ ਇੱਕ ਹੋਰ ਜ਼ਰੂਰੀ ਗੱਲ ਆ ਕਿ ਇਹ ਜਦੋਂ ਇਹਨਾਂ ਟਿੱਡਿਆਂ ਦਾ ਫਸਲ ਤੇ ਹਮਲਾ ਹੁੰਦਾ ਤੇ ਇਹ ਜਦੋਂ ਰਾਸਚੂਸ ਦੇ ਤਾਂ ਇਸ ਨਾਲ ਬੂਟੇ ਜਖਮੀ ਹੋ ਜਾਂਦੇ ਆ ਬੂਟੇ ਜਖਮੀ ਹੋ ਜਾਂਦੇ ਆ ਤੇ ਬੂਟਿਆਂ ਉੱਪਰ ਉੱਲੀ ਰੋਗ ਦਾ ਹਮਲਾ ਤੇ ਜਾਂ ਜੋ ਵਾਇਰਲ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦਾ ਵੀ ਹਮਲਾ ਜ਼ਿਆਦਾ ਹੋ ਜਾਂਦਾ ਏ ਇਹ ਦੋ ਵਾਇਰਲ ਬਿਮਾਰੀਆਂ ਦਾ ਹੀ ਵੈਕਟਰ ਹੁੰਦੇ ਹਨ ਜੋ ਬਿਮਾਰੀਆਂ ਨੂੰ ਬੂਟਿਆਂ ਦੇ ਵਿੱਚ ਛੱਡ ਦਿੰਦੇ ਹਨ ਜਿਸ ਦੇ ਨਾਲ ਰੈਕਡ ਸਟੰਟ ਔਰ ਗ੍ਰਾਸੀ ਸਟੰਟ ਡਿਜ਼ੀਜ਼ ਹੋ ਜਾਂਦੀਆਂ ਜਿਨ੍ਹਾਂ ਦਾ ਕੋਈ ਵੀ ਹੱਲ ਨਹੀਂ ਹੈ ਕੋਈ ਸਪਰੇ ਨਹੀਂ ਹੈ ਬੂਟੇ ਅਗਰ ਬੂਟਿਆਂ ਨੂੰ ਇਹ ਬਿਮਾਰੀਆਂ ਲੱਗ ਜਾਂਦੀਆਂ ਤਾਂ ਬੂਟੇ ਮਰ ਜਾਣਗੇ ਇਹ ਕਿਸਾਨ ਵੀਰੋ ਇਹਨਾਂ ਦੀ ਰੋਗ ਥਾਮ ਲਈ ਆਪਾਂ ਕਿਸ ਤਰ੍ਹਾਂ ਇਹਨਾਂ ਦੀ ਰੋਗ ਥਾਮ ਕਰ ਸਕਦੇ ਹਾਂ ਪਹਿਲੀ ਗੱਲ ਆ ਕਿ ਜੋ ਸਿੰਥੈਟਿਕ ਪੈਰੇਥਰਾਇਡ ਹਨ ਜਾਂ ਜ਼ਮੀਨ ਵਿੱਚ ਪਾਉਣ ਵਾਲੀਆਂ ਜ਼ਹਿਰਾਂ ਹਨ ਉਹਨਾਂ ਤੋਂ ਪਰਹੇਜ਼ ਕਰੋ ਆਪਣੀ ਫਸਲ ਦਾ ਹਫ਼ਤੇ ਦੇ ਹਫ਼ਤੇ ਜਾਂ ਡੇਲੀ ਨਰੀਖਣ ਕਰਦੇ ਰਹੋ ਜਦੋਂ ਪਨੀਰੀ ਆਪਾਂ ਖੇਤ ਵਿੱਚ ਲਗਾ ਦਿੰਦੇ ਹਾਂ ਪਨੀਰੀ ਲਗਾਉਣ ਤੋਂ 30 ਦਿਨਾਂ ਬਾਅਦ ਮਹੀਨੇ ਬਾਅਦ ਜਾਂ 40 ਦਿਨਾਂ ਬਾਅਦ ਉਸ ਤੋਂ ਉਦੋਂ ਤੋਂ ਹੀ ਆਪਣੀ ਫਸਲ ਦਾ ਨਰੀਖਣ ਕਰਦੇ ਰਹੋ ਡੇਲੀ ਦੇਖੋ ਕੋਈ 1-2 ਬੂਟੇ ਡੇਲੀ ਦੇਖੋ ਉਹਨਾਂ ਨੂੰ ਟੇਡੇ ਕਰਕੇ ਛਾੜੋ ਜੇ ਤੁਹਾਨੂੰ ਛਾੜਨ ਤੇ ਪਾਣੀ ਵਿੱਚ ਪੰਜ ਟਿੱਡੇ ਪਾਣੀ ਵਿੱਚ ਤੈਰਦੇ ਹੋਏ ਨਏ ਰਹਉਂਦੇ ਆ ਤਾਂ ਤੁਸੀਂ ਬੂਟਿਆਂ ਉੱਪਰ ਸਪਰੇਅ ਕਰਨ ਦੇ ਲਈ ਬੂਟਿਆਂ ਉੱਪਰ ਸਪਰੇਅ ਕਰ ਸਕਦੇ ਹੋ ਜੇ ਪੰਜ ਤੋਂ ਗਿਣਤੀ ਘੱਟ ਹੈ ਤਾਂ ਸਪਰੇਅ ਆਪਣੇ ਲਈ ETL ਲੈਵਲ ਤੋਂ ਥੱਲੇ ਇਕਨੋਮਿਕ थ्रੈਸ਼ ਹੋਲਡ ਲੈਵਲ ਹੁੰਦਾ ਹੈ ਫਿਰ ਆਪਾਂ ਨੂੰ ਸਪਰੇਅ ਮਹਿੰਗੀ ਪਵੇਗੀ ਪਰ ਜੇ ਇਹਨਾਂ ਦੀ ਗਿਣਤੀ 5 5 ਤੋਂ ਜ਼ਿਆਦਾ ਹੈ ਤਾਂ ਆਪਾਂ ਸਪਰੇਅ ਕਰ ਸਕਦੇ ਹਾਂ ਸਪਰੇਅ ਆਪਾਂ ਕਰਨੀਆਂ ਕਿਹੜੀਆਂ-ਕਿਹੜੀਆਂ ਹਨ ਉਹ ਦੇਖ ਲਵੋ ਕਈ ਕਿਸਾਨ ਵੀਰ ਕੀ ਕਰਦੇ ਆ ਕਿ ਜਿਹੜੀਆਂ ਬਾਕੀ ਸਪਰੇਅ ਆਉਂਦੀਆਂ ਹਨ ਕਣਕ ਵੇਲੇ ਕਰਦੇ ਆ ਅਫਟਾਰਾ ਵਗੈਰਾ ਉਹੀ ਕਰੀ ਜਾਂਦੇ ਰਹਿੰਦੇ ਆ ਪਰ ਕਿਸਾਨ ਵੀਰੋ ਇਹਨਾਂ ਦੇ ਲਈ ਤੁਸੀਂ ਜੋ ਪੰਜਾਬ ਰੈਗ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਸਪਰੇਅ ਹਨ ਉਹ ਜਾਣ ਲਓ ਪਹਿਲੀ ਸਪਰੇਅ ਹੈ ਚੈਸ 50 ਡਬਲ ਜੀ ਐਸਡੀ ਤੁਸੀਂ ਡੋਜ਼ 120 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਣੀ ਹੈ ਅਗਲੀ ਹੈ ਕਨਫੀਡੋਰ 200 200 ਐਸ ਐਲ ਐਸਡੀ ਤੁਸੀਂ 40 ਐਮ ਐਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਮੀਡਾ ਕੋਰਪਰੇਟ ਹੁੰਦਾ ਹੈ ਐਸਡੀ ਇੱਕ ਹੋਰ ਦਵਾਈ ਵੀ ਆਉਂਦੀ ਹੈ ਕਰੋਕੋਡਾਈਲ ਉਸ ਦੀ ਵੀ ਤੁਸੀਂ 40 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹਨਾਂ ਤੋਂ ਇਲਾਵਾ ਤੁਸੀਂ ਕਿਉਂ ਨਾਲ ਕਿਉਂਨਲ ਫੋਰਸ ਦੀ ਜੋ ਸਪਰੇਆਂ ਆਉਂਦੀਆਂ ਨੇ 1 ਲੱਖ ਕਿਉਨਨ ਗਾਰਡ ਉਸ ਦੀ ਤੁਸੀਂ 800 ਐਮਐਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵੀ ਡੋਜ਼ ਵਰਤ ਸਕਦੇ ਹੋ ਜਿੰਨੀਆਂ ਵੀ ਸਪਰੇਆਂ ਉਹਨਾਂ ਦੀ ਸਪਾਰਸ਼ ਕੀਤੀ ਜੋ ਡੋਜ਼ ਹੈ ਤੁਹਾਨੂੰ ਦੱਸੀ ਹੈ ਜਿਵੇਂ ਚੈਸ ਦੀ 120 ਗ੍ਰਾਮ ਹੈ ਕਨਫੀਡੋਰ ਦੀ 40 ਐਮਐਲ ਕਰੋਕੋਡਾਇਲ ਦੀ 40 ਐਮਐਲ ਹੈ ਕਲੈਕਸ ਦੀ 800 ਐਮਐਲ ਇਹਨਾਂ ਦਾ ਘੋਲ ਤੁਸੀਂ 100 ਲੀਟਰ ਪਾਣੀ ਦੇ ਵਿੱਚ ਬਣਾਓ ਖੋਲ ਕੇ ਇੱਕ ਕਿੱਲੇ ਤੇ ਸਪਰੇਅ ਕਰਨੀ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਸਪਰੇਅ ਦੀ ਫੇਰ ਜ਼ਰੂਰਤ ਹੈ ਤਾਂ ਤੁਸੀਂ 15 ਦਿਨਾਂ ਬਾਅਦ ਫੇਰ ਇਸ ਦੀ ਦੁਬਾਰਾ ਸਪਰੇਅ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਸਪਰੇਅ ਦਾ ਵਧੀਆ ਰਿਜ਼ਲਟ ਲੈਣਾ ਚਾਹੁੰਦੇ ਹੋ ਕਿ ਤੁਹਾਡੀ ਫਸਲ ਤੋਂ ਇਹ ਇੰਨਾ ਟਿੱਡਿਆਂ ਦਾ ਖਾਤਮਾ ਹੋ ਜਾਵੇ ਇਹਨਾਂ ਦੀ ਵਧੀਆ ਰੋਕਥਾਮ ਹੋ ਜਾਵੇ ਤਾਂ ਤੁਸੀਂ ਇਹ ਸਪਰੇਅ ਪਾਣੀ ਸੁਕਾ ਕੇ ਕਰੋ ਜਦੋਂ ਪਾਣੀ ਸੁੱਕ ਜਾਵੇਗਾ ਤਾਂ ਬੂਟਿਆਂ ਦੇ ਮੁੱਢ ਨੰਗੇ ਹੋ ਜਾਣਗੇ ਜਿੱਥੇ ਇਹਨਾਂ ਦਾ ਘਰ ਹੁੰਦਾ ਹੈ ਇਹਨਾਂ ਟਿੱਡੇ ਇਹ ਟਿੱਡੇ ਜ਼ਿਆਦਾਤਰ ਬੂਟਿਆਂ ਦੇ ਮੁੱਢਾਂ ਵਿੱਚ ਹੁੰਦੇ ਹਨ ਜਦੋਂ ਪਾਣੀ ਸੁੱਕ ਜਾਵੇਗਾ ਤਾਂ ਤੁਸੀਂ ਜੋ ਡਰੰਮੀ ਦੀ ਢੋਲੀ ਦੀ ਨਾਲੀ ਆ ਨੋਜ਼ਲ ਆ ਉਹ ਬੂਟਿਆਂ ਦੇ ਮੁੱਢਾਂ ਵੱਲ ਕਰਕੇ ਸਪਰੇਅ ਕਰੋ ਜਿਸ ਦੇ ਨਾਲ ਆਪਾਂ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ ਜ਼ਿਆਦਾ ਰੋਖਾਮ ਹੁੰਦੀ ਹੈ ਇਹਨਾਂ ਦੀ ਹੋਰ ਜੇ ਕੋਈ ਤੁਹਾਡੇ ਦਿਮਾਗ ਵਿੱਚ ਕੋਈ ਕੁਐਸਚਨ ਹੋਵੇ ਜਾਂ ਕੋਈ ਸੁਝਾਅ ਹੋਵੇ ਉਹ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਜੋ ਨਵੇਂ ਕਿਸਾਨ ਵੀਰ ਜੁੜੇ ਆ ਉਹ ਆਪਣਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨ ਤੇ ਨਾਲ ਹੀ ਬੈਲ ਵਾਲਾ ਬਟਨ ਵੀ ਦਬਾ ਲੈਣ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਹਾਨੂੰ ਲੋੜੀਂਦੀ ਜਾਣਕਾਰੀ ਉਪਲਬਧ ਹੋ ਸਕੇ